ਸੋ ਜੀ ਟਾਈਮ ਹੋ ਗਿਆ 9:10। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿੱਦਾਂ ਹੋ ਤੁਸੀਂ ਸਾਰੇ ਯੂਟਿਊਬ ਫੈਮਿਲੀ? ਆਈ ਹੋਪ ਵਧੀਆ ਹੋਵੇ ਜੀ, ਵਧੀਆ ਹੀ ਰਹਿਣਾ। ਮੈਂ ਹਾਂ ਤੁਹਾਡਾ ਆਪਣਾ ਅਨੁਜ, ਅੱਜ ਫੇਰ ਕਰਨ ਲੱਗਿਆ ਜੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਵਲੌਗ ਦੇ ਨਾਲ। ਜਿੱਦਾਂ ਕਿ ਤੁਸੀਂ ਦੇਖਿਆ, ਪਿਛਲੇ 2-3 ਦਿਨ ਅਸੀਂ ਹੋਮ ਟਾਊਨ 'ਚ ਸੀਗੇ, ਤਾਂ ਉੱਥੇ ਚਾਚਾ ਚਾਚੀ ਦੀ 25th ਮੈਰਿਜ ਐਨਵਰਸਰੀ ਸੈਲੀਬ੍ਰੇਟ ਕੀਤੀ। ਤਾਂ ਜਦੋਂ ਅਸੀਂ ਨੋਇਡਾ ਤੋਂ ਦਿੱਲੀ ਆਏ, ਵਾਪਸ ਘਰ ਆਏ ਸੀਗੇ, ਤਾਂ ਵੀ ਅਸੀਂ ਵਲੌਗ ਪਾਇਆ ਸੀ। ਹੁਣ ਆਪਾਂ ਚੱਲੇ ਹਾਂ ਵਾਪਸ ਨੋਇਡਾ ਨੂੰ, ਉਹੀ ਆਪਾਂ ਸ਼ਾਮ ਨੂੰ ਨਿਕਲੇ ਹਾਂ। ਜਿੱਦਾਂ ਤੁਹਾਨੂੰ ਮੈਂ ਇਸ ਵਲੌਗ 'ਚ ਦਿਖਾਵਾਂਗਾ ਕਿ ਕੀ ਆਪਾਂ ਦਿਨੇ ਕੀਤਾ, ਗੱਡੀ ਧਵਾਈ, ਫਿਰ ਸਮਾਨ ਸਮੂਨ ਰੱਖਿਆ, ਫਿਰ ਮੰਮੀ ਡੈਡੀ ਨੂੰ ਮਿਲਿਆ, ਫਿਰ ਗੱਡੀ 'ਚ ਬਹਿ ਕੇ ਆਲਮੋਸਟ 7 ਵਜੇ ਅਸੀਂ ਨਿਕਲੇ ਸੀਗੇ ਘਰੋਂ। ਅਤੇ ਹੁਣ ਟਾਈਮ ਹੋ ਗਿਆ ਜੀ, ਸਮਾਂ ਆਪਾਂ ਚੜ ਚੁੱਕੇ ਹਾਂ ਹਾਈਵੇ ਕਨਾਲ ਕ੍ਰੋਸ ਕਰ ਲਿਆ। ਜੀ ਆਪਾਂ ਹੁਣ ਗੱਡੀ ਤੋਂ ਆ ਕੇ ਘਰੇ ਆ ਗਏ, ਜਾ ਰਹੇ ਹਾਂ ਵਾਪਸ। ਹੁਣ ਕਰਾਂਗੇ ਆਪਣੀ ਜਾਣ ਦੀ ਤਿਆਰੀ, ਰੱਖਾਂਗੇ ਸਮਾਨ, ਉਹੀ ਸ਼ਾਮ ਨੂੰ ਨਿਕਲਾਂਗੇ 5:30-6 ਵਜੇ ਨੋਇਡਾ ਲਈ। ਅਤੇ ਆਪਾਂ ਪਹੁੰਚ ਜਾਂਗੇ ਕੁਝ 4-4.5 ਘੰਟੇ ਲੱਗਦੇ ਹੀ ਹੈ। ਤਾਂ ਫਿਰ 4-5 ਦਿਨ ਹੋ ਗਏ ਸੀ ਘਰੇ, ਬਹੁਤ ਹੀ ਜੀ ਲੱਗਿਆ ਹੋਇਆ ਸੀ ਘਰੇ। ਵਲੌਗ ਵੀ ਵਧੀਆ ਵਧੀਆ ਆ ਰਹੇ ਸੀ ਕਿਉਂਕਿ ਐਡੀਟਰ ਇੱਥੇ ਹੀ ਹੈ, ਅਤੇ ਸਾਰੀ ਐਡੀਟਿੰਗ ਨਾਲ ਦੀ ਨਾਲ ਹੋ ਜਾਂਦੀ ਹੈ, ਨਹੀਂ ਤਾਂ ਫਿਰ ਥੋੜ੍ਹਾ ਟਾਈਮ ਲੱਗ ਜਾਂਦਾ ਹੈ। ਆਈ ਹੋਪ ਤੁਹਾਨੂੰ ਜਿਹੜੇ ਦੋਨੋਂ ਵਲੌਗ ਮੈਂ ਪਾਏ ਬਹੁਤ ਪਸੰਦ ਆਏ ਹੋਣੇ ਆ। ਤਾਂ ਹੁਣ ਕੋਸ਼ਿਸ਼ ਤਾਂ ਇਹ ਹੈ ਰੈਗੂਲਰ ਵਲੌਗ ਪਾਉਂਦੇ ਰਹਾਂਗੇ, ਤੁਹਾਨੂੰ ਐਂਟਰਟੇਨ ਕਰਦੇ ਰਹਾਂਗੇ। ਆਹ ਗੱਡੀ 'ਚ ਇੱਕ ਤ੍ਰਿਸ਼ੂਲ ਦਾ ਸਿੰਬਲ ਆ ਰਿਹਾ ਜੀ, ਇਹਦਾ ਮਤਲਬ ਹੈ ਇੱਕ ਟਾਇਰ 'ਚ ਕਿਸੇ 'ਚ ਲੋ ਪ੍ਰੈਸ਼ਰ ਹੈ। ਪੁਰਾਣੀਆਂ ਗੱਡੀਆਂ 'ਚ ਇਹ ਸੈਂਸਰ ਤਾਂ ਨਹੀਂ ਹੁੰਦੇ ਸੀਗੇ, ਇਹਦੇ ਸੈਂਸਰ ਹੈ ਤਾਂ ਇਹ ਵੀ ਪਤਾ ਲੱਗ ਜਾਂਦਾ ਕਿਹੜੇ ਟਾਇਰ 'ਚ ਹਵਾ ਘੱਟ ਹੈ। ਦੇਖੋ ਮੈਂ ਦਿਖਾਉਣਾ ਤੁਹਾਨੂੰ, ਇਹਦੇ ਕੋਲ 10 ਰਿਹਾ 28 ਇਹਦੇ 'ਚ ਹੈ। ਤਾਂ ਹੁਣ ਆਪਾਂ ਹਵਾ ਭਰਵਾ ਲਾਂਗੇ ਪਹਿਲਾਂ ਜਾਣ ਤੋਂ, ਕਿਉਂਕਿ ਲੰਬਾ ਸਫ਼ਰ ਹੈ, ਹਵਾ ਜ਼ਰੂਰ ਭਰਵਾਉਣੀ ਪੈਂਦੀ ਹੈ। ਸੋ ਜੀ ਪੈਕਿੰਗ ਹੋ ਗਈ ਹੈ, ਸਮਾਨ ਰੱਖ ਲਿਆ ਗੱਡੀ 'ਚ ਸਾਰਾ, ਗੱਡੀ ਕਰਤੀ ਹੈ ਫੁੱਲ, ਚੱਲੇ ਹਾਂ ਫਿਰ ਹੁਣ ਆਪਾਂ ਵਾਪਸ ਨੋਇਡਾ। ਅੱਜ ਜਦੋਂ ਮੈਂ ਪਿੰਡ ਤੋਂ ਨਿਕਲ ਰਿਹਾ ਸੀ ਤਾਂ ਇੱਕ ਗਾਣਾ ਮੇਰੇ ਦਿਮਾਗ 'ਚ ਵਾਰ ਵਾਰ ਆ ਰਿਹਾ ਸੀਗਾ, ਮੈਂ ਸੋਚਿਆ ਕਿਉਂ ਨਾ 2 ਲਾਈਨਾਂ ਤੁਹਾਡੇ ਨਾਲ ਵੀ ਸਾਂਝਾ ਕਰਾਂ। ਗੁਰਦਾਸ ਮਾਨ ਸਾਹਿਬ ਦਾ ਇਹ ਗਾਣਾ ਹੈ। ਮਾਨ ਸਾਹਿਬ ਨੂੰ ਅਸੀਂ, ਮੈਂ ਇੰਨਾ ਵਧੀਆ ਸਿੰਗਰ ਤਾਂ ਹੈ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰ ਰਿਹਾ 2 ਲਾਈਨਾਂ ਤੁਹਾਡੇ ਸਾਹਮਣੇ ਰੋਗੋ ਕਰਨ ਦੀ। ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਉਹ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ, ਉਹ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ, ਹੋਕਾ ਦਿੰਦੀ ਬੀਬੀ ਕਿਲ ਭਰੀਆਂ, ਸਸਤੀ ਲੈ ਲੋ ਦਰਜਨ ਕੇਲੇ ਭਲੀਆਂ ਦੀ, ਕੇਲੇ ਭਲੀਆਂ ਦੀ, ਮਾਂ ਦੀ ਹੱਲਾ ਪੁੱਤ ਨੂੰ ਸ਼ੇਰੀ ਸ਼ੇਰ ਬਣਾ ਦਿੰਦੀ, ਉਹ ਅਦਰੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ,
ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਓ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਥੈਂਕ ਯੂ ਜੀ, ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਇਹ ਗਾਣਾ। ਤੇ ਹੁਣ ਆਪਾਂ ਰੁਕਦੇ ਹਾਂ ਕਿੱਥੇ, ਡਿਨਰ ਕਰਨ ਵਾਸਤੇ, ਤੁਹਾਨੂੰ ਦਿੰਦੇ ਹਾਂ ਫਿਰ ਅਪਡੇਟ। ਸੋ ਜੀ, ਟਾਈਮ ਹੋ ਗਿਆ 9:10, ਆਪਾਂ ਰੁਕਿਆ ਮੰਨਤ ਢਾਬਾ ਮਾਲਖਾ। ਇਹ ਢਾਬਾ ਵੀ ਬਹੁਤ ਚੱਲ ਰਿਹਾ, ਬਹੁਤ ਇਹਨਾਂ ਦਾ ਵੀ ਨਾਂ ਚੱਲਿਆ ਹੋਇਆ ਮੰਨਤ ਗਰੁੱਪ। ਖਾਣਾ ਵਧੀਆ ਹੀ ਹੁੰਦਾ ਇਹਨਾਂ ਦਾ ਵੀ, ਚਾਹ ਵੀ ਵਧੀਆ ਹੁੰਦੀ ਹੈ। ਤਾਂ ਆਪਾਂ ਰੁਕੇ ਇੱਥੇ, ਆਪਾਂ ਪਹੁੰਚ ਗਏ ਆਪਣੀ ਸੋਸਾਇਟੀ ਨਾੜਾ। ਟਾਈਮ ਹੋ ਗਿਆ ਜੀ 11 ਵਜੇ, 4 ਘੰਟੇ ਸਾਨੂੰ ਲੱਗਿਆ, ਮਤਲਬ ਅੱਧਾ ਘੰਟਾ ਸੀ ਵਿੱਚ ਡਿਨਰ ਕਰਨ ਵੀ ਰੁਕੇ ਸੀ, ਤੇ 3.5 ਘੰਟੇ ਲੱਗਿਆ ਰਾਤ ਨੂੰ। ਟ੍ਰੈਫਿਕ ਤੁਹਾਨੂੰ ਪਤਾ ਹੀ ਮਿਲਦਾ ਵੀ ਨਹੀਂ, ਤੇ ਨਾਲੇ ਅੱਜ ਧੁੰਦ ਵੀ ਨਹੀਂ ਸੀਗੀ ਤਾਂ ਟਾਈਮ ਬਿਲਕੁਲ ਵੀ ਨਹੀਂ ਲੱਗਿਆ ਸਾਨੂੰ। ਚੱਲੇ ਹੁਣ ਆਪਾਂ ਬੇਸਮੈਂਟ ਚ ਐਂਟਰੀ ਕਰਨ। ਬੇਸਮੈਂਟ ਪਾਰਕਿੰਗ ਕਰਕੇ ਸਮਾਨ ਕੱਢ ਕੇ ਜੀ ਆਪਾਂ ਪਹੁੰਚ ਗਏ ਘਰੇ, ਸਾਰਾ ਸਮਾਨ ਵੀ ਗੱਡੀ ਚੋਂ ਕੱਢ ਲਿਆ। ਟਾਈਮ ਹੋ ਗਿਆ 12:15, ਹੁਣ ਚੱਲੇ ਹਾਂ ਜੀ ਸੌਣ, ਤੇ ਅੱਜ ਦਾ ਵਲੌਗ ਕਰਨ ਲੱਗੇ ਇੱਥੇ ਹੀ ਐਂਡ। ਟਿਲ ਦੈਨ ਤੁਸੀਂ ਆਪਣਾ ਖਿਆਲ ਰੱਖੋ ਜੀ, ਆਪਣੇ ਨੇੜੇ ਵਾਲੇ ਦਾ ਖਿਆਲ ਰੱਖੋ ਜੀ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਇਆ ਨਾ ਜੀ। ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ।